ਵਾਂਗ ਆਖ ਮੇਰੇ ਵੀਰਾ ਇਮਾ ਮਰਜ਼ਾ ਕੋ ਤੇਰੀ ਭੈਣ ਮੁਸਾਫਰ ਹਵ ਭਲ ਗਈ ਹੈ ਵਾਂ ਅੱਜ ਮਲਕ ਇਰਾ ਆਨੰਦ ਰਾਮ ਦੇ ਸਰ ਤੂੰ ਚਾਦਰ ਹਵ ਲਾਹੇ ਲਾਹੇ ਵੈਂਦੀ ਆ ਵੀਰਣ ਰੋ ਕਹਵਾ ਕੋ ਮਤ ਕੋਈ ਪੱਖੀਆਂ ਅੱਜ ਦੇਖ ਗਿਨੇ ਵਾ ਸਾਰਾ ਨੰਗੇ ਮੈਂ ਆਦੀਏ ਮੈਂ ਰਜ਼ਾ ਦੀ ਭੈਣਾ ਬੀਬੀ ਆਦੀਏ ਭੈਣਾ ਔਖਾ ਸਫ਼ਰ ਵਧੀ ਕਰੇ ਦੀ ਆਈ ਲੱਖ ਵਾਰੀ ਆਖਾਂ ਬੇਟਾ ਹੱਥ ਨਾ ਜੋੜ ਤਬੂਤ ਮੌਲਾ ਦਾ ਰੋਂਦੀ ਹੈ ਤੇਰਾ ਰੋ ਕੇ ਆਦੀ ਭਈਏ ਕੋਈ ਹੋਵੇ ਹਾ ਹੋਵਾਂ ਆਖ ਮੇਰੇ ਵੀਰਾ ਇਮਾ ਮੈਂ ਰਜ਼ਾ ਕੋ ਤੇਰੀ ਭੈਣ ਮੁਸਾਫਰ ਅੱਲਾ ਤੁਹਾਡੀ ਜ਼ਿੰਦਗੀ ਦਰਾਜ਼ ਕਰੇ ਏਡਾ ਔਖਾ ਸਫ਼ਰ ਆ ਜਿਹੜੇ ਪੱਥਰ ਤੂੰ ਕਦਮ ਜਾਵਿਆ ਪੱਥਰ ਦਾ ਰੰਗ ਸੁਰਖ ਵੰਜਿਆ ਜਣ ਜਣ ਕੇ ਉੱਠੀ ਵੀ ਆ ਰਜ਼ਾ ਦੀ ਭੈਣ ਰੋ ਕੇ ਖੁਰਸਾ ਅੰਦਰ ਵੇਖਿਆ ਵੈਣ ਕਰਕੇ ਆਖਿਆ ਕੋਈ ਹੋਵੇ ਹਾ ਵਾਂ ਆਖ ਮੇਰੇ ਵੀਰ ਇਮਾਮ ਮਾਤਾ ਬੇ ਹੁਸੈਨ ਹੈ ਰਜ਼ਾ ਮੌਲਾ ਰਜ਼ਾ ਹੈ ਰਜ਼ਾ ਮੌਲਾ ਰਜ਼ਾ ਹੈ ਰਜ਼ਾ ਮੌਲਾ ਰਜ਼ਾ ਜੀਓ ਬਈ ਜੀਓ ਹੈ ਰਜ਼ਾ ਮੌਲਾ ਰਜ਼ਾ ਹੈ ਰਜ਼ਾ ਮੌਲਾ ਰਜ਼ਾ السلام عليك يا مولاي يا غريب الغرباء السلام عليك يا معين الضعفاء والفقراء مغيث الشيعة والزوار في يوم الجزاء السلام عليك يا أنيس النفوس أيها المدفون بأرض طوس سلطان العرب والعجم يا علي علي بن موسى الرضا الرازي بالقدر والقضاء السلام عليكم ورحمة الله وبركاته قدم قدم بابا ایک قدم پیچھے ہو جاؤ مولا رضا ہاں ہے رضا مولا رضا رضا ہے رضا مولا رضا جیو مات میں جیو بسم اللہ ہے رضا مولا رضا ہے رضا مولا رضا اے جڑے سپیکراں دے نال کھڑے ہو ایک ایک قدم پیچھے ونجو مات میں کوئی جگہ ملے پیچھے صف بناؤ بسم اللہ لا رضا ہے رضا مولا رضا ہے رضا مولا رضا ہے رضا مولا رضا جیو ਕੁਮ
ਤੂੰ ਆਂਦੀ ਹੈ ਸਦਾ ਹੈ ਵੋ ਮੇਰਾ ਵੀਰ ਰਜ਼ਾ ਹੈ ਵੋ ਮੇਰਾ ਵੀਰ ਰਜ਼ਾ ਅੱਜ ਵੀ ਇੱਕ ਸੈਣ ਦੀਏ ਤੁਮ ਤੂੰ ਆਂਦੀ ਹੈ ਸਦਾ ਹੈ ਵੋ ਮੇਰਾ ਵੀਰ ਰਜ਼ਾ ਹੈ ਵੋ ਮੇਰਾ ਵੀਰ ਰਜ਼ਾ ਕੁਮ ਤੂੰ ਆਂਦੀ ਹੈ ਸਦਾ ਜੀਓ ਮਾਤਮੀ ਬਿਸਮਿਲਾ ਯਾ ਗਰੀਬਲ ਗੁਰਬਾ ਯਾ ਮੁਈਨਲ ਜ਼ੁਆਫਾ ਹੈ ਵੋ ਮੇਰਾ ਵੀਰ ਰਜ਼ਾ ਹੈ ਵੋ ਮੇਰਾ ਵੀਰ ਖਬਰਾਂ ਗਈਆਂ
ਮੌਤ ਤੇਰੀ ਹੈ ਰਜ਼ਾ ਕਈਏ ਵਿਛੜੀ ਕੋ ਮੁਕਾ ਸਾਹਮਣੇ ਖੜੇ ਹੋ ਇੱਕ ਕਦਮ ਪਿੱਛੇ ਵੰਜੋ ਨਿਆਜ਼ ਹੁਸੈਨ ਬਾਬਾ ਮੌਤ ਤੇਰੀ ਹੈ ਰਜ਼ਾ ਗਈ ਹੈ ਉਜੜੀ ਕੁਮਕਾ ਦਿਲ ਉਤੇ ਤੇਰੇ ਵਿਛੋੜੇ ਦੇ ਜ਼ਖਮ ਬਾਕੀ ਕੁੰਮ ਦੇ ਪੱਥਰਾਂ ਤੇ ਮੇਰੇ ਨਾਸ਼ ਕਦਮ ਬਾਕੀ ਹੁਣ ਤਈ ਪੱਥਰਾਂ ਤੇ ਮੇਰਾ ਹੇ ਲਹੂ ਵਹਾਂ ਦਾ ਪਿਆ ਹੈ ਵੋ ਮੇਰਾ ਵੀਰ ਰਜ਼ਾ ਹੈ ਹੈ ਅੱਜ ਵੀ ਇੱਕ ਸੈਣ ਦੀਏ ਹੈ ਵੋ ਮੇਰਾ ਵੀਰ ਰਜ਼ਾ ਸੈਯਦ ਜ਼ਾਦੀ ਦੇਖੋ ਇਤਨਾ ਅਰਸਾ ਡਿਊਟੀ ਇੱਥਾਂ ਦੇ ਚੁੱਕਾ ਮੈਂ ਇਹ ਸ਼ਹਿਰ 'ਚ ਇਹ ਮੇਰਾ ਵਤਨ ਹੈ ਇਹ ਮੇਰੀਆਂ ਪਰਦਾਦਾਰ ਮਾਵਾਂ ਭੈਣਾਂ ਧੀਆਂ ਆਈਆਂ ਹਨ ਵਸਦਾ ਸ਼ਹਿਰ ਹੈ ਮਰਕਜ਼ ਆਜ਼ਾਦਾਰੀ ਦਾ ਇਹ ਮੇਰੀਆਂ ਮਾਵਾਂ ਭੈਣਾਂ ਧੀਆਂ ਕੱਲੀਆਂ ਨਾ ਆਈਆਂ ਉਸ ਦਿਨ ਕਹਿ ਨਾਲ ਬਾਬਾ ਆਇਆ ਉਸੀ ਕਹਿ ਨਾਲ ਫਿਰਾ ਆਇਆ ਉਸੀ ਕਹਿ ਨਾਲ ਪਰਦੇ ਦਾ ਵਾਰਿਸ ਆਇਆ ਉਸ ਤਨਹਾਈ 'ਚ ਬਹਿ ਕੇ ਸੋਚੇ ਜਿਹੜੀ ਘਰ ਤੂੰ ਕਦਾ ਨਹੀਂ ਨਿਕਲੀ ਉਹ ਕੁਝ ਘੁੰਮਦੀਆਂ ਪਹਾੜੀਆਂ ਕੁਝ ਤਈ ਮੈਂ ਆਖਿਆਈ ਵੀਰ ਰਜ਼ਾ ਤੂੰ ਮਿਲਾਣ ਕਿਤੇ ਵਤਨਾ ਤੂੰ ਸਹੀ ਅਦ ਜ਼ਾਦੀ ਯਸਰਬ ਤੂੰ ਕੁਮ ਤਈ ਸਫ਼ਰ ਕੀਤਾ ਹੈ ਵੋ ਮੁੱਕੀ ਹੋਈ ਹਿਜੇਰ ਫਿਰਾਦੀ ਥੀਆ ਰੰਗ ਤਬਦੀਲ ਹੈ ਪੱਥਰਾਂ ਦਾ ਖਾ ਗੁਰਬਤ ਗਈ ਦੁਖੀਆ ਦੀ ਜੈ ਕੋ ਵੀ ਰੁਣ ਜੀਂਦਾ ਨਹੀਂ ਮਿਲਿਆ ਮੋਈ ਰੁਲ ਕੇ ਭੈਣ ਰਜ਼ਾ ਮਿਲੀ ਵਤਨਾ ਤੇ ਨਹੀਂ ਜਾਏ ਦਫਨ ਹੈ ਤੈ ਕੋ ਮੈਦੀ ਤੁਰਬਤ ਦੇ ਵਾਂਗੂ ਸਿੱਖ ਦਾ ਵਤਨ ਹੈ ਤੈ ਕੋ ਅਕਬਰ ਦੇ ਵਾਂਗੂ ਨਹੀਂ ਉਮਤ ਵੱਲਾਣ ਦਿੱਤਾ ਹੈ ਵੋ ਮੇਰਾ ਵੀਰ ਰਜ਼ਾ ਜੀਓ ਜੀਓ ਹੈ ਵੋ ਮੇਰਾ ਵੀਰ ਰਜ਼ਾ ਅੱਜ ਵੀ ਇੱਕ ਸੈਣ ਦੀਏ ਕੋ ਤੋਂ ਆਦੀ ਹੈ ਸਦਾ ਮੌਲਾ ਜਾਣਦਾ ਏ ਸਿਰਫ ਦੁਆ ਕਰ ਸਕਦਾ ਦਾਰਾਇਨ ਦੀ ਕੋਈ ਦੁਆ ਮੰਗਸੇ ਨਾ ਇੱਜ਼ਤ ਸ਼ੋਹਰਤ ਦੌਲਤ ਸਿਹਤ ਔਲਾਦ ਇਹ ਤੇਰੇ ਮਲਾਇਕਾ ਤੇਰੀ ਕਹੀਂ ਦੁਆ ਤੇ ਆਮੀਨ ਨਾ ਅਕਸੇ ਇਹਨਾਂ ਕੋ ਗਰਜ਼ ਨਹੀਂ ਹਾਂ ਲੇਕਿਨ ਜਦੋਂ ਤੂੰ ਮੰਗਸੇ ਨਾ ਦੁਆ ਮੈਂ ਕੋ ਭੇਣ ਬਿਰਾਦ ਰੋਜ਼ਾ ਦਿਖਾ ਇਹ ਤੇਰੇ ਮਲਾਇਕਾ ਤੜਪ ਕੇ ਆਮੀਨ ਅਕਸਨ ਵਜਾ 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 ਇਹ ਇਹਨਾਂ ਕੋ ਪਤਾ ਹੈ ਇਹ ਵੈਸੀ ਤਾਂ ਇਹਦੇ ਰੱਲੇ ਵੈਸੂ
بی پرسا قبول کرے تہاڈا، اللہ جاندا اے کوئی جو مولا رضا دی ذری تے ونجے، جڑے ٹر گئے جڑے ظاہر تھی ہیں انہاں تو چا پوچھ، ایران دی حکومت بھی مولا رضا دی مقروض ہے، دارائن دا سب تو عظیم دسترخوان، اویں تا کائنات چ جتھاں بھی کوئی رزق کھاندا انہاں دا صدقہ ہے، لیکن مولا تے کو مہمان بناوے غریب خراسان دا، مولا جاندا اے ایڈی عظیم ذری اتنا بڑے حرم دارائن دے وچ دو حرم ایسے ہیں جڑے ایک لحظے واسطے بند نہیں ہوندے، ایک بیت اللہ حرم بیت اللہ، دوجا حرم مولا رضا، اللہ جاندا اے جڑا مومن ویندے نا تے اتنا عظیم مولا دی بارگاہ، مولا دے ایڈے خوبصورت گنبد مزار ذریحاں سونے نال جواہرات نال مرسا، وت مومن ایک سوال کریں دن، اللہ اکبر، ہر مومن تڑپ کیا دے کائنات تو سونا پیا وسد ہے، تسا نماز یزدار کھڑے ہو، اے ہونے مولا دا تابوت جو میرے سامنے آئے، میں نہیں آخیا السلام علیکم یا غریب الغرب، میں نہیں مولا دے پاک تابوت کو ہونے سلام کیتا، اے یاد نواون واسطے کیتے، جدا بھی نماز دے بعد تساں ملک ایران دے پاسے منہ کر کے آ دیو نا السلام علیکم یا غریب الغرب، اے کائنات دے لجپالن سلام دے جواب واجب یاد رکھائے، تے جے کوئی امام جواب دے وے و دارائن چ اس تو وڈا کوئی خوش نصیب ہے، تے جدا مولا دے زوار بن کے آ دینا مولا ایڈا سونا پیا وسد ہے، السلام علیکم یا غریب الغربا، کو غریب کیوں آ دن، میرا مظلوم امام، میرا مسموم امام، اپنی غربت دی جڑی وجہ دسے دن نوہے سناوا نا چاہ، میری رول گئی ہے بھین پہاڑا وچ، شالا وسدے رہو بی بی تہاڈا مکان قبول کرے جی، بسم اللہ، وہ میری رول گئی ہے بھین پہاڑا وچ، غریب آدھے جیندہ جی تئیں ہجر مکیا نہیں، میں کو لوگ غریب رضا دن، میری رول گئی ہے بھین، بے شک ماتم نہ کرو دو وین سنو چاہ، ہائے میں کو لوگ غریب، او وچھڑی دے نال مسلمانا، وچھڑی دے ہائے رضا او، میں کو جیندہ ملان دیتا نہیں، میں کو لوگ غریب، او وچھڑی دے نال مسلمانا، میں کو جیندہ ملان دیتا نہیں، میں کو لوگ، ہاتھ نہ پلو آزادار دے، وہ وچھڑی دے نال مسلمانا، وچھڑی دے نال مسلمانا، وہ میں کو جیندہ ملان دیتا نہیں، میں کو لوگ غریب رضا، پاک رضا توں وچ مشہد دے اے زوار سوال کریں دل، پیا جگ توں سونا وسدائیں مولا، کیوں لوگ غریب سدین، لجپال رضا دے تربت وچ تے اے وین چار شہلے دل، غریبا دا ایہو راز ہے میری غربت دا، او میں کو بھین دے درد روے، او کراں کیڑے مان امیری دے، میں کو بھین دے
ਮੇਰੀ ਗੁਰਬਤ ਖਾ ਗਈ ਏ ਕਰਾਂ ਕਿਹੜੇ ਮਾਂ ਨੇ ਅਮੀਰੀ ਦੇ ਮੈਂ ਕੋ ਭੈਣ ਅੱਛਾ ਜਿਹਦੀ ਭੈਣ ਗਰੀਬ ਬਲਵਤਾਨ ਹੋਵੇ ਉਕੂ ਸਡਾਣ ਅਮੀਰ ਰਵਾ ਨਹੀਂ ਮੈਂ ਕੋ ਲੋਕ ਗਰੀਬਾਂ ਦਾ ਅੱਜ ਬੇਸ਼ੱਕ ਬੈਤੁੱਲਾ ਵਾਂਗੂ ਵੋ ਮੇਰੀ ਪਾਕ ਜ਼ਰੀ ਤੇ ਰਸ਼ ਹੁੰਦਾ ਏ ਅੱਜ ਬੇਸ਼ੱਕ ਤਵੱਜੋ ਨਿਆਜ਼ ਹੁਸੈਨ ਵੋ ਮੇਰੀ ਪਾਕ ਜ਼ਰੀ ਪੁੱਤਰ ਹਮੇ ਊ ਕੈਦੀ ਦਾ ਵੋ ਜਿਹਦਾ ਅੱਜ ਤਈ ਤੌਕ ਲਥਾ ਨਹੀਂ ਮੈਂ ਕੋ ਲੋਕ ਪਰ ਪੁੱਤਰ ਹਮੇ ਊ ਕੈਦੀ ਦਾ ਵੋ ਜਿਹਦਾ ਤਈ ਤੌਕ ਲਥਾ ਨਹੀਂ ਤਵੱਜੋ ਬਾਬਾ ਹਾਏ ਹਾਏ ਹੋ ਕੁਰਬਾਨ ਰਜ਼ਾ ਦੇ ਵੈਣਾ ਦਿਲ ਹੀ ਗਾਲ ਦਹੇ ਅਰਮਾਨ ਬਹੁ ਵਸਦਾ ਈਰਾਨ ਦੇ ਮੁਲਕ ਦੇ ਵਿੱਚ ਵੋ ਮੈਂ ਕੋ ਭੈਣੀ ਆਣ ਦਿਠਾ ਨਹੀਂ ਪੜ੍ਹਾਈ ਬਾਬਾ ਤਵੱਜੋ ਨਿਵਾਜ਼ ਮੇਰੇ ਬਾਅਦ ਬਹੁਤ ਵਾਜਿਬ ਉਲ ਇੱਜ਼ਤ ਸਾਡੇ ਮਹਿਮਾਨ ਬਹੁਤ ਅਜ਼ੀਮ ਮੌਲਾ ਦੇ ਮਦਾ ਖਾਨ ਜਨਾਬ ਉਸਤਾਦ ਸ਼ਹਿਦ ਹੁਸੈਨ ਸਾਹਿਬ ਕੁਰੇਸ਼ੀ ਸਾਹਿਬ ਉਹ ਪੜਸਿਨ ਮੈਂ ਤਵੀਲ ਸਫ਼ਰ ਕਰਕੇ ਆਇਆ ਮੈਂ ਕੋ ਇੱਕ ਹੁਕਮ ਬਾਰ ਬਾਰ ਮੋਮਨਾ ਕੀਤਾ ਏ ਦੋ ਤੋਂ ਤ੍ਰੈ ਮਿੰਟ ਜਾਂ ਵੱਡੀ ਹੱਦ ਪੰਜ ਮਿੰਟ ਦੇ ਦੋ ਮਿਸਰੇ ਸੁਣੋ ਅੱਜ ਹਰ ਬੰਦੇ ਕੋਲੋਂ ਮੋਬਾਈਲ ਏ ਹਰ ਬੰਦੇ ਕੋਲੋਂ ਮੀਡੀਆ ਏ ਪਲ ਪਲ ਦੀਆਂ ਖਬਰਾਂ ਤੁਹਾਡੀ ਹੱਥ 'ਤੇ ਹਥੇਲੀ 'ਤੇ ਹੇ ਪੰਜ ਮਿੰਟ ਦੀ ਇਜਾਜ਼ਤ ਪੜ੍ਹ ਸਕਦਾ ਸਾਰੇ ਜਾਣਦੇ ਹੋ ਨਾ ਕਰੋੜਾਂ ਦਾ ਮਜਮਾ ਨਜਫ ਤੋਂ ਕਰਬਲਾ ਪੀਆ ਵੈਂਦਾ ਹੈ ਸਾਰਿਆਂ ਦੇ ਇਲਮੇ 'ਚ ਨਾ ਯਾਦ ਰੱਖਾ ਏ ਪਲ ਤੋਂ ਪਹਿਲੇ ਮੁਕੱਦਰ ਬਦਲਦਾ ਇਮਾਮ ਹੁਸੈਨ ਦੀ ਮਜਲਿਸ 'ਚ ਮੈਂ ਦੁਆ ਪੀਆ ਕਰਿੰਦਾ ਅੱਲਾ ਭਾਵੇਂ ਭੈਣ ਭਰਾ ਦੀ ਜ਼ਿਆਰਤ ਨਸੀਬ ਹੋਵੇ ਬਾਬਾ ਤਵੱਜੋ ਲਫਜ਼ਾਂ 'ਤੇ ਜਿੱਥਾ ਖੜ੍ਹੇ ਹੋ ਤਵੱਜੋ ਲਫਜ਼ਾਂ 'ਤੇ ਬਾਬਾ ਨਿਆਜ਼ ਹੁਸੈਨ ਛੋੜੇ ਕੂੰ ਉਹ ਬਾਬੂ ਛੋੜੇ ਟਾਈਮ ਨਾ ਦੇ ਕਰਾ ਸਾਡੇ ਮਹਿਮਾਨ ਹਨ ਖੜ੍ਹੇ ਨੇ ਮੈਂ ਜ਼ਿਆਦਾ ਤੋਂ ਜ਼ਿਆਦਾ ਮੈਂ ਤਾਂ ਨੂੰਹਾਂ ਸ਼ੁਰੂ ਕਰ ਦੇਵਾਂ ਲੇਕਿਨ ਸਮਝਾਵਣਾ ਹੱਕ ਬਣਦਾ ਹੈ ਕਾਇਨਾਤ ਦਾ ਸਭ ਤੋਂ ਵੱਡਾ ਦਸਤਰਖਾਨ ਨਜਫ ਤੋਂ ਕਰਬਲਾ ਲੱਗ ਗਈ ਹੈ ਲੋਕ ਵੰਜ ਰੇਖ ਲੋਕ ਉਸੇ ਗਰੀਬ ਦੇ ਨਾਂ 'ਤੇ ਖਾਣਾ ਪੈ ਖਵੇਂਦੇ ਨੇ ਜੇ ਕੋਈ ਮੁਸਲਮਾਨਾ ਭੁੱਖਾ ਕੋਠਾ ਹੈ ਉਸਦੇ ਰਹੋ ਉਸੇ ਤੱਸੇ ਦੇ ਨਾਂ 'ਤੇ ਪਾਣੀ ਪੈ ਪੀਵੇਂਦੇ ਨੇ ਜੇ ਕੋਈ ਮੁਸਲਮਾਨਾ ਪਾਣੀ ਨਹੀਂ ਪੀਤਾ ਅੱਲਾਹ ਅਕਬਰ ਇਮਾਮ ਹੁਸੈਨ ਦੇ ਜ਼ਾਹਿਰ ਦੀ ਇੱਜ਼ਤ ਪੁੱਛਦਾ ਹੈ ਤੇਰੇ ਇਲਮ 'ਚ ਹੀ ਨਹੀਂ ਮੌਲਾ ਜਾਣਦਾ ਏ ਪਿਛਲੇ ਸਾਲ ਮੈਂ ਜਿਹੜੇ ਖੁਸ਼ ਨਸੀਬ ਨਜਫ ਤੋਂ ਕਰਬਲਾ ਸ਼ਾਇਦ ਬਈ ਪੈਦਲ ਗਏ ਨਾ ਜਿਹੜੇ ਖੁਸ਼ ਨਸੀਬ ਉਹਨਾਂ 'ਚੋਂ ਇੱਕ ਮੈਂ ਗੁਨਾਹਗਾਰ ਹੀ ਹਾਂ ਮੈਂ ਅੱਖਾਂ ਨਾਲ ਐਸੇ ਐਸੇ ਮੰਜ਼ਰ ਡਿੱਠਣ ਹੈਰਾ ਇੱਕ ਮੁਅੱਕਬ ਲਗਾਇਆ ਮੁਅੱਕਬ ਆਦਨ ਵੱਡੇ ਖੈਮੇ ਕੋਲ ਉਸ ਮੁਅੱਕਬ ਦੇ ਵਿੱਚ ਸਾਰਾ ਸਾਮਾਨ ਬਿਲਕੁਲ ਨਵਾਂ ਇੱਕ ਇਰਾਕੀ ਤੋਂ ਅਸਾਂ ਪੁੱਛਿਆ ਸਾਰਾ ਸਾਮਾਨ ਨਵਾਂ ਕਿਉਂ ਹੈ ਉਹ ਆਖਿਆ ਸਫ਼ਰ ਦੇ ਬਾਅਦ ਰਬੀ ਉਲ ਅਵਲ ਦੇ ਵਿੱਚ ਮੇਰੀ ਧੀ ਦੀ ਸ਼ਾਦੀ ਇਹ ਸਾਰਾ ਸਾਮਾਨ ਹੈ ਮੇਰੀ ਧੀ ਦਾ ਉਸ ਆਖਿਆ ਉਹਦੀ ਹਸਰਤ ਆਈ ਮੈਦੇ ਇਸਤੇਮਾਲ ਕਰਨ ਤੋਂ ਪਹਿਲੇ ਇਮਾਮ ਹੁਸੈਨ ਦੇ ਜ਼ਾਹਿਰ ਕੋ ਇਸਤੇਮਾਲ ਤੂੰ ਸਮਝੇ ਨਾ ਇਸ ਤੋਂ ਵੱਡਾ ਮੋਜਜ਼ਾ ਕੋਈ ਹੈ ਦਾਰਾਇਨ ਦੇ ਵਿੱਚ ਇਸ ਤੋਂ ਵੱਡਾ
سو سال دا اگر میں ضعیف العمر کمر وانگو نون دے جھکی ہوئی میں ٹردا ڈٹھا ہے، دیکھو ٹریفک بند ہو وجے تے میں کو دو چار کلومیٹر دور تو ٹردا آونا پوے، تواڈے دل وچ دگنا احساس ودھ وے سی بھائی اگے دی آندے پڑھن، لیکن اج چار پنج میل ٹر کے آئے تے کو پتہ ہے تیرے دل وچ احساس ہے، غریب کربلا کو پتہ کوئی نہیں ہے 90 میل تو ٹر کے پی آندے اون دل وچ کوئی نہیں، اور یقین کرو ظاہر حسین علیہ الصلوۃ والسلام دی عزت دا ایک جملہ، ایران عراق دی جنگ لگی ہوئی ہے، لفظ سنا ہے بڑے قیمتی ہیں، دو دے دو منٹ میں نوہے دی ابتدا کراں، ایران تے عراق دی جنگ عروج تے، ایک ایرانی ظاہر آدھا ہے میں پوشیدہ رستیا تو پیا وینا زیارت کرن، آغا خلیلی اس دا نام، وہ آدھا ہے میں ایک وستی چ پہنچیا جت ہمیں کو پتہ چند مومن رہاں دن، اس آکے ایک دروازے تے میں دستک ریتی آدھ رات دا وقت اس دروازہ نہیں کھولیا، وقت نال والے دروازے تے دستک ریتی اس ہی نہیں کھولیا، آدھے مایوس ہو کے ٹرن لگا یا ڈوہیں دروازے کھل گئے، ڈو عراقی باہر ہیں ایک سجے ہاتھ تو نپ گیا ہے ایک کھبے ہاتھ تو نپ گیا ہے، ایک آکھے مہمان میں ڈائے دوجے آکھے مہمان میں ڈائے، او عراق ایرانی آدھے آغا خلیلی آدھے ڈوہیں عراقی لڑن دے قریب ہیں، یا انہیں چو ایک جڑا بزرگ آنا چٹی ڈاڑی آلا اس نال آلے عراقی دے کن چ کوئی گل کی تھی اس میں ہاتھ چھوڑ دیتا ہے، آدھے میں اس دے نال ٹر پیا بزرگ نال اس کھانا دیتا ہے بستر دیتا ہے سمندی جاتے اس آکھے میرے ذہن چ گل آئیے میں اس تو پوچھا تا صحیح ہے ہاتھ چھوڑن واسطے تیار نہیں تھا اس دے کن چ آکھیا کیا ہے، آدھے جڑا میں پوچھے نہ اندیا اکھی وس پی ہیں، وہ آکھے جڑا نال دیوار شریک ہمسایا کھڑا نا اے میرے نوجوان بچڑے دا قاتل آ، جدا میں ڈٹھا نا تیرا ہاتھ تو نہیں چھوڑیں دا، میں اس دے کان نے چاکھیا اے اکبر دا صدقہ پتر دا قتل معاف کرے نا امام حسین دا مہمان میں تجھے، مولا گھنو منجی تکو میں آکھے سو سال دا بزرگ اے تھوڑا موجزہ اے 5 to 7 crore بندے دی تعداد، اے انگریزاں دسی اے بی بی سی دی رپورٹ اے، مسلمانہ تا ہمیشہ لکائے، میں کو دسا کہیں پاکستانی میڈیے ظلم نہیں اس تو بڑا کیڑا ظلم ہو سی، بغداد دے تو ہنگامے دکھاویں اکبر دے بابے دا معجزہ نہ دکھاویں، یاد رکھو میری گل کائنات اے سورج دے اگوں جو میں ہتھ چاہنا جو سورج لک گیا ہے کدا نہیں لک سکدا، یاد رکھائے میں اکھا نال منظر ڈٹھائے، 5 to 7 crore بندے دی تعداد بڑی اہمیت رکھدی ہے، میں جو ڈٹھا نا سامنے اکبر دے بابے دی زری تے 100 سال دا بڈھڑا ولیا آندے اس اے نہیں ان کے آکھیا جی میرا ہاتھ نہیں لگا زری کو، اس آکھیا میں رج رج مکان دے آیا، میں ماتمی ازادار دے دا کیڑے ماتمی ازادار دی اگل لفظ تے ہے نہیں نکل دی، دیکھنا میرے پاسے سر چاؤ سامنے مولا دا وسیع حرم تے بندیاں دا جتھا پیا ویندا لکھاں دی تعداد چ، میں دروازے دے داخل ہو کے تے ایک سائٹ تے کھڑ گیا سامنے مولا دی ذریعے اکھیں سب دیاں وسدیاں پئی ہوندیاں، میں ڈٹھا نا ساریاں دے سجے ہتھ اے دائیں ہتھ بلند لبائک یا حسین لبائک یا حسین، میں جدیں لکھاں تے کروڑاں دی تعداد چ ہتھ اٹھے ہوئے ڈٹھے نا بہوں پچھوں کھڑا، میں کہ مولا ہونا آکھنا حل میں ناصر جان شالا وسدے رہو بی بی مکان قبول کرے، کڈا دل رج دے ماتمی دا کڈا دل رج دے آزادار دا، جی بسم اللہ کڈا دل رج دے ماتمی دا، 5-7 crore بندے دی تعداد ہندو وچ عیسائی وچ ہر او شخص ہر او ہستی جند تے اکبر دا بابا راضی، اللہ اکبر، میں ڈٹھا اے اتھوں کروڑاں دا مجمع مظلوم دی زری چ پیا ویندا اے، میں کوئی میں لگدا جویں اکبر دے بابے دا زری چ وینا دا اے، بے وطن حسین دے وینا دے میں کو روندا کل جہان جے رونا ہاسک دی ٹر گئی، بس دے رہو ڈو دے ڈو وین میں چھڑے دا پیا ممبر، او میں کو روندا کل جہان جے رو میری لاش تے جھن کا جل گئی ہے، میری لاش اے سیدہ
ਮੈਂ ਕੁਕਬਾਰ ਦੇ ਵਿੱਚ ਅਰਮਾਨ ਜੈਰੋ ਸਦਕੇ ਕਾਇਨਾਤ ਇਮਾਮ ਹੁਸੈਨ ਕੋ ਰੋਂਦੀ ਏ ਇਮਾਮ ਹੁਸੈਨ ਕਹਿੰਦੇ ਗਮ ਵਿੱਚ ਰੋਂਦੇ ਗਰੀਬਾ ਦੇ ਨੌ ਹਿੱਸਿਆਂ ਵਿੱਚ ਤਕਸੀਮ ਹੋਵੇ ਜਾਂਦੇ ਵੀਰ ਦੀ ਲਾਸ਼ੋ ਨਾ ਰੋਵੇ ਹੈ ਸੈਯਦਾ ਮੁ ਕਹਿੰਦਾ ਪੀਆ ਬਾਬਾ ਜੀ ਉਹ ਮੈਂ ਕੋ ਨਹੀਂ ਭੁੱਲਦਾ ਜਿਵੇਂ ਮਿਲਾਣ ਕਿਤੇ ਮੈਂ ਕੋ ਨਹੀਂ ਆਈ ਲਾਹੇ ਦੀ ਮਹਿਮਾਨ ਜੈਰੋ ਭਾਈ ਸ਼ਾਹਿਦ ਅਬਾਸ ਮੌਲਾ ਦੇ ਬਹੁ ਮਨਜ਼ੂਰੀ ਵਾਲੇ ਮਦਾ ਖਾਨ ਤੁਹਾਡੇ ਤੋਂ ਗਿਣ ਕੇ ਨਾ ਆਖਰੀ ਬੰਦੇ ਤਾਈ ਤੁਹਾਡੀ ਹੈਦ ਅਜ਼ਾਮ ਹੈ ਨਾ ਹਰ ਮੈਨ ਚ ਲਿਖਿਓ ਕਲਾਮ ਇਹ ਛੋਟੇ ਛੋਟੇ ਬੱਚੇ ਹੀ ਜਾਣਦੇ ਨੇ ਇਮਾਮ ਹੁਸੈਨ ਅਲੈ ਸਲਾਮ ਦੇ ਅਕਬਰ ਦਾ ਬਹੁ ਔਖਾ ਵਿਦਾ ਸ਼ਹਿਜ਼ਾਦੇ ਅਲੀ ਅਕਬਰ ਤੂੰ ਕਹੀਂ ਦਾ ਔਖਾ ਵਿਦਾ ਹੈ ਉਸ ਵੇਲੇ ਤੱਕ ਔਖਾ ਹੀ ਜਿਸ ਵੇਲੇ ਤੱਕ ਭੇਣ ਭਿਰਾ ਦੇ ਜਨਾਜ਼ੇ ਤੇ ਨਹੀਂ ਗਈ ਵੱਲ ਮੰਜ਼ਿਲ ਗੁਰਬਤ ਦੀ ਵੱਧ ਗਈ ਹੈ ਅਕਬਰ ਦਾ ਬਾਬਾ ਦਾ ਲੱਖ ਅਕਬਰ ਬਹੁ ਮੁਨਫਰਿਦ ਵੈਣੇ ਗਰੀਬਾ ਦਾ ਲੱਖ ਅਕਬਰ ਲੱਖ ਅਕਬਰ ਟੋਰਨ ਸੌਖਾ ਹੈ ਇਵੇਂ ਭੇਣ ਕੁਟੋਰਨ ਔਖਾ ਹੈ ਆਇਓ ਮੇਰਾ ਗਰੀਬ ਇਮਾਮ ਉਹ ਲੱਖ ਅਕਬਰ ਟੋਰਨ ਜੀ ਹੈ ਇਵੇਂ ਭੇਣ ਕੁਟ ਮੈਂ ਜਾਣਦਾ ਬਸ ਜਿਵੇਂ ਉਜੜੀ ਤੂੰ ਮੈਂ ਜਾ ਮੈਂ ਟੋਰਿਆ ਤਰਫ ਜ਼ਿੰਦਾਨ ਜੈਰੋ ਆਖਰੀ ਲਫ਼ਜ਼ ਪਿਆ ਸੁਣੇ ਨਾ ਇਹ ਇੱਕ ਮੰਜ਼ਰ ਦੇਖੋ ਸਰ ਚਾ ਕੇ ਇੱਕ ਮੰਜ਼ਰ ਦੇਖੋ ਹਜ਼ਾਰਾਂ ਵਾਰੀ ਤੁਸਾਂ ਡਿੱਠੇ ਭਿਰਾਵਾਂ ਦੇ ਜਨਾਜ਼ੇ ਟੁਰ ਵੈਂਦੇ ਭੈਣੀ ਦਰ ਤੇ ਖੜੀਆਂ ਦੇਖਦੀਆਂ ਰਹਿ ਵੈਂਦੀ ਕਿਵੇਂ ਹੈ ਨਾ ਕਰਬਲਾ ਚ ਮੰਜ਼ਰ ਉਲਟ ਗਈ ਏ ਭਿਰਾਵਾਂ ਦੇ ਜਨਾਜ਼ੇ ਦੇਖਦੇ ਰਹਿਣ ਭੈਣੀ ਟੁਰ ਪਈ ਅਕਬਰ ਦਾ ਬਾਬਾ ਦੇ ਮੈਂ ਕੋ ਨਹੀਂ ਭੁੱਲਦਾ ਜਿਵੇਂ ਦੂਰ ਤਾਈ ਉੱਠ ਤੇ ਮੁੜ ਮੁੜ ਕੇ ਦੇਦੀ ਗਈ ਮੈਂ ਕੋ ਨਹੀਂ ਆਦੀਏ ਅੱਲਾ ਦੇ ਹਵਾਲੇ ਭੈਣ ਸ਼ਾਹ ਉਹ ਮੈਂ ਕੋ ਨਹੀਂ ਭੁੱਲਦਾ ਜਿਵੇਂ ਦੂਰ ਉੱਠ ਤੇ ਨਾ ਖਾ ਗਿਆ ਹੈ ਉਹਦਾ ਨਾ ਆਦਿ ਆਇਆ